अस्सलाम वालेकुम जी, की हाल चाल है जी? ठीक ठाक हो? वेखदे होंगे फिर सुबह सुबह चादर। इधर वेखो भरा मेरे, ठंड वाह बनी खड़ी आ, सर्दी फिर मुड़ गई साढ़े को, धुंद आ गई, ठंड काफ़ी, इस करके चादर लैनी पैंदी आ। अंदर वेखो जी, सूरज के कोई नाम निशान भी कोई नहीं। लो जी माशाल्लाह, तकरीबन 1.5 घंटे बाद धुप निकल आई है। ਅਤੇ ਮੈਂ ਮੋਟਰ ਕਈ ਰੱਖੀ ਆ ਅਤੇ ਜਾਂਦਾ ਪਿਆ ਪਾਣੀ ਦੇਖਣ, ਚਲਾਕ ਲਿਆਉਂਦੀ ਸੀ ਮੋਟਰ, ਕੱਲ੍ਹ ਚਲਾਕ ਲਿਆਉਂਦੀ ਸੀ ਕਣਕ ਨੂੰ ਭਰਨ ਵਾਸਤੇ, ਅਤੇ ਬੱਦਲ ਆ ਗਏ ਸੀ ਅਤੇ ਨਹੀਂ ਸੀ ਭਰ ਹੋਈ। ਫਿਰ 2 ਕਿੱਲੇ ਕਿੱਲਾ ਅਤੇ ਕਿੱਲਾ ਅਗਲਾ, ਅਤੇ ਅੱਜ ਫਿਰ ਚਲਾਕ ਲਿਆਉਂਦੀ ਆ। ਅਤੇ ਮੈਂ ਹੁਣ ਵੇਖਦਾ ਪਾਣੀ ਵੀ ਕਿਸੇ ਨੇ ਹੋਰ ਸਾਈਡ ਨੂੰ ਤਾਂ ਨਹੀਂ ਮੋੜਿਆ, ਅਤੇ ਫਿਰ ਚੱਲ ਕੇ ਪੱਠੇ ਵੱਢ ਕੇ ਲਿਆਉਂਦੇ ਹਾਂ। ਲਓ ਜੀ ਖਾਲੇ 'ਤੇ ਆਇਆ, ਅਤੇ ਖਾਲੇ 'ਤੇ ਜਾਏ ਕੁਛ ਹੈ ਨਹੀਂ ਆਈ, ਨਾ ਪਾਣੀ ਨਾ ਗੱਲ ਨਾ ਬਾਤ। ਉਹ ਅਗਲੀ ਸਾਈਡ 'ਤੇ ਚੱਲ ਕੇ ਵੇਖਦੇ ਹਾਂ, ਉੱਥੋਂ ਨਾ ਹੋਰ ਸਾਈਡ ਨੂੰ ਹੋਈ ਹੋਈ ਹੋਵੇ ਪਲੇਟ। ਕਣਕਾਂ ਮਾਸ਼ਾਲਾ ਪੱਕ ਪਈਆਂ ਨੇ, ਇੱਧਰ ਵੇਖੋ ਆਹ ਵੀ ਕਣਕ ਅੱਧੀ ਪੱਕ ਗਈ ਅੱਧੀ ਰਹਿ ਗਈ। ਅੰਦਰ ਬਾਗ ਲੱਗਿਆ ਹੋਇਆ, ਛੋਟੇ ਬੂਟੇ ਲਾਏ ਆ ਨਵੇਂ ਵਿੱਚ। ਉਹ ਆਉਂਦਾ ਪਾਣੀ ਆ ਗਿਆ, ਪਾਣੀ ਆਸਤਾ ਆਸਤਾ ਭੱਜਿਆ ਜਾਂਦਾ। ਪਿੱਛੇ 1-2 ਪਲੇਟਾਂ ਦੇਖ ਲਈਏ, ਠੀਕ ਨਹੀਂ ਲੱਗ ਰਿਹਾ ਜੀ। ਟਿੱਬਾ ਸਾਡਾ ਹੋਇਆ ਸਾਡਾ ਕੱਚਾ, ਆ ਦੋਧੀ ਜਿਹੜਾ ਵੀ ਲੰਘਦਾ ਤਾਂ ਜ਼ਲੀਲ ਹੋ ਕੇ ਹੀ ਲੰਘਦਾ। ਮੋਟਰਸਾਈਕਲਾਂ ਬਹੁਤ ਤੰਗ ਹੁੰਦੀਆਂ, ਵੇਖੋ ਕਿਵੇਂ ਟਾਇਰ ਕੁੱਬੇ ਹੋਏ ਵਿੱਚ। ਮਿਸਤਰੀ ਸਾਡੇ ਰੋਟੀ ਖਾਣ ਦਾ ਪਿਆ, ਉਹਨਾਂ ਨੂੰ ਜਾ ਕੇ ਪਾਉਂਦੇ ਹਾਂ ਤੁਹਾਨੂੰ। ਮਿਸਤਰੀ ਸਾਹਿਬ ਵੈਲਕਮ ਬੈਕ, ਫਿਰ ਅੱਜ ਕੈਮਰੇ 'ਚ, ਫਿਰ ਵੈਲਕਮ ਬੈਕ ਮੈਂ ਕੈਮਰੇ 'ਚ। ਲਓ ਜੀ ਮਾਸ਼ਾਅੱਲਾ, ਸਾਡੇ ਮਿਸਤਰੀ ਨੇ ਕੰਧ ਪਲਸਤਰ ਕਰ ਦਿੱਤੀ ਹੈ, ਇੱਧਰ ਸਾਡੇ ਵਪਾਰੀ ਵੀ ਆ ਗਏ ਹੈ। ਵਾਲੇਕੁਮ ਸਲਾਮ। 3 ਕੰਧਾਂ ਰਹਿ ਗਈਆਂ ਹੈ। ਅਤੇ ਲਓ ਜਨਾਬ, ਅੱਜ ਦੀ ਵੀਡੀਓ ਇੰਨੀ ਕੀ, ਅਤੇ ਬਾਕੀ ਲਓ ਜੀ, ਜਿਹਨੇ ਸਾਡੇ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਜੀ ਸਬਸਕ੍ਰਾਈਬ ਕਰੇ, ਵੀਡੀਓ ਨੂੰ ਲਾਈਕ ਕਰੇ ਅਤੇ ਕਮੈਂਟ ਕਰਕੇ ਲਾ ਦਿਓ ਜਿਸ ਸਾਡੀ ਵੀਡੀਓ ਕੈਸੀ ਲੱਗੀ। ਤਾਂ ਹੁਣ ਮਿਲਾਂਗੇ ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ। ਤਬ ਤੱਕ ਦੇ ਲਈਏ, ਅੱਲਾ ਹਾਫਿਜ਼। ਸ਼ਾਮ ਦਾ ਵੇਲਾ, ਸ਼ਾਨੀ ਦੇ ਮੌਲਵੀ ਵੀ ਆ ਗਏ ਆ ਪੱਠੇ ਲੈ ਗਏ। ਉਹ ਦੇਖੋ ਆਉਂਦੇ ਪਏ।